ਸੀ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਸੀਐਨਐਨ ਟੋਰਾਂਟੋ ਹਾਂ ਵਧੀਆ ਚਾਵਲਾ ਸਾਹਿਬ ਫਰਸਟ ਕਲਾਸ ਐਂਡ ਫਿੱਟ ਐ ਪੱਖੇ ਪੁਖੇ ਚੱਲ ਪਏ ਖੂਬ ਹਾਂ ਹੁਣ ਪੱਖੇ ਤਾਂ ਚੱਲ ਗਏ ਵੈਸੇ ਅੱਜ ਮੌਸਮ ਨੇ ਥੋੜਾ ਜਿਹਾ ਕਰਵਟ ਲਈ ਆ ਕਿ ਸਵੇਰੇ ਅਜਵਾਰਸ਼ੀ ਹੋਗੀ ਆ ਬਾਬਾ ਹੂੰ ਹੂੰ ਤੇ ਸਵੇਰੇ 4 ਵਜੇ بارش ਸ਼ੁਰੂ ਹੋਈ ਆ ਤੇ ਦਿਨ ਵਿੱਚ ਵੀ ਤਕਰੀਬਨ ਮਲਕੇ 11 ਵਜੇ ਤੱਕ ਬੱਦਲਬਾਈ ਕਾਫੀ ਰਹੀ ਆ ਹੂੰ ਹੂੰ ਤੇ ਪਟਿਆਲਾ ਪਟਿਆਲਾ ਵੀ ਲੈ ਲਓ ਤੁਸੀਂ ਮੁਕਸਰ ਲੈ ਲਓ ਫਿਰੋਜ਼ਪੁਰ ਲੈ ਲਓ ਤੇ ਫਰੀਦਕੋਟ ਲੈ ਲਓ ਇੱਧਰ ਇਲਾਕੇ ਵਿੱਚ ਕਾਫੀ بارش ਹੋਈ ਆ ਹੂੰ ਹੂੰ ਤੇ ਬਾਅਦ ਸਪੈਸੇ ਤਾਂ ਜਵਾਲਾ ਸਾਹਿਬ ਮਾੜੀ ਆ ਪੰਜਾਬ ਵਾਸਤੇ ਇਸ ਟਾਈਮ بارش ਨਹੀਂ ਹੋਣੀ ਚਾਹੀਦੀ ਜੀ ਜੀ ਬਿਲਕੁਲ ਜੀ ਕਿਰਤ ਆ ਪੱਕੀਆਂ ਹੋਈਆਂ ਪੈਸ਼ਾਉਣ ਕੀ ਤਾਂ ਇਹ ਵੀ ਹੈ ਪੈਸ਼ਾਉਣ ਕੀ ਤਾਂ ਇਹ 20 ਤਰੀਕ ਤੱਕ ਪ੍ਰਿਕਸ਼ਵਾਣੀਆਂ ਜਿਹੜਾ ਕਿ ਮੌਸਮ ਵਿਭਾਗ ਹੈਗਾ ਕਿ ਪੰਜਾਬ ਚ ਗੜੇ ਹੀ ਪੈ ਸਕਦੇ ਆ ਦੈਟਸ ਨੋਟ ਇਹ ਨਹੀਂ ਹੋਣਾ ਚਾਹੀਦਾ ਇਹ ਤਾਂ ਮਾੜਾ ਹੈਗਾ ਕਿਉਂਕਿ ਇਸ ਟਾਈਮ ਤਾਂ ਫਸਲਾਂ ਫਸਲਾਂ ਅੰਮ੍ਰਿਤਸਰ ਦੇ ਵਿੱਚ ਤੇ ਮੇਰੇ ਖਿਆਲ ਦੇ ਵਿੱਚ ਬੂੰਦਾਬੰਦੀ ਹੋਈ ਆ ਹਨ ਥੋੜੀ ਬਹੁਤੀ ਹਾਂ ਹੋਈ ਆ ਬੂੰਦਾਬੰਦੀ ਅੰਮ੍ਰਿਤਸਰ ਜੀ ਹੋਈ ਆ ਜੀ ਅੱਛਾ ਬੂੰਦਾਬੰਦੀ ਜਿਹੜੀ ਰਾਜਨੀਤੀ ਦੇ ਵਿੱਚ ਹੁਣ ਵਿਚਾਰਾਂ ਦੀ ਬੂੰਦਾਬੰਦੀ ਸਿਖਰਾਂ ਤੇ ਹੋਵੇਗੀ ਪਿਛਲੇ ਸਮੇਂ ਜਦੋਂ ਰਿਆਇਤ ਮਿਲਨੀ ਸੀਗੀ ਨਵਜੋਤ ਸਿੱਧੂ ਹੁਣਾਂ ਨੂੰ ਉਦੋਂ ਪੋਸਟਰ ਵੱਡੇ 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 ਲੱਗੇ ਉਹਦੇ ਚਾਹਣ ਵਾਲਿਆਂ ਨੇ ਰੰਗ ਦਿੱਤਾ ਸੀ ਅੰਮ੍ਰਿਤਸਰ ਦਾ ਆਸਾ ਪਾਸਾ ਇਸ਼ਤਿਹਾਰ ਬਾਜੀ ਬੜੀ-ਬੜੀ ਤਰਤਾਤ ਦੇ ਵਿੱਚ ਵੇਖਣ ਨੂੰ ਮਿਲੀ ਪਰ ਹੁਣ ਪਤਾ ਲੱਗਾ ਹੈ ਕਿ ਜਨਾਬ ਦੀ ਹੁਣ ਰਿਹਾਈ ਜਿਹੜੀ ਆ ਆਖਰ ਮਛਾਂ ਨੂੰ ਵਟ ਦੇ ਕੇ ਨਿਕਲੇਗਾ ਜਨਾਬ ਕਿਉਂਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਭਾਰ ਦੇ ਇਤਿਹਾਸ ਦੇ ਵਿੱਚ ਪਹਿਲਾ ਕੇਸ ਹੈ ਜਿਹੜਾ ਨਵਜੂਤ ਸਿੱਧੂ ਦਾ ਦੁਬਾਰਾ ਰੀਓਪਨ ਹੋਇਆ ਤੇ ਉਸ ਨੂੰ 1 ਸਾਲ ਦੀ ਸਜ਼ਾ ਭੁਗਤਣੀ ਪਈ ਹੈ ਔਰ ਸਰਕਾਰੀ ਰਾਇਤ ਵੀ ਕੋਈ ਨਹੀਂ ਨੀ ਤੇ ਆਮ ਤੌਰ ਤੇ ਕੈਦੀਆਂ ਨੂੰ ਮਿਲ ਜਾਂਦੀ ਹੁੰਦੀ ਹੈ ਹਨਾ ਬਟ ਰਾਇਤ ਕੋਈ ਨਹੀਂ ਰਾਇਤ ਕੋਈ ਨਹੀਂ ਆਪਣੀ سزا ਭੁਗਤ ਕੇ ਵਾਪਸ ਆ ਰਹੇ ਨੇ ਚਲੋ ਗਲਤੀ ਹਰ ਇਨਸਾਨ ਕੋ ਹੁੰਦੀ ਮੈਂ ਆਦਾ ਕੋ ਪੱਖ ਨਹੀਂ ਪੂਰ ਰਿਆ ਪਰ ਜਦੋਂ ਤੁਸੀਂ ਤੁਸੀਂ ਪਟਿਆਲੇ ਦੇ ਵਿੱਚ ਰਹਿਣ ਵਾਲੇ ਕਹਾਣੀ ਤੁਹਾਨੂੰ ਵੀ ਪਤਾ ਹੈ ਤੇ ਕਹਾਣੀ ਦੱਸਣ ਵਾਲਿਆਂ ਨੂੰ ਵੀ ਪਤਾ ਹੈ ਤੇ ਕਹਾਣੀ ਜਦੋਂ ਇਹ ਇਨਸੀਡੈਂਟ ਵਾਪਰਿਆ ਉਸ ਵਕਤ ਵੀ ਪਤਾ ਹੀ ਹੈ ਕਿ ਕੀ ਕੁਝ ਹੋਇਆ ਕਿਸ ਤਰੀਕੇ ਦੇ ਨਾਲ ਹੋਇਆ ਪਰ ਇਹ ਇੱਕ ਰਾਜਨੀਤੀ ਦਾ ਅੰਤ ਹੋ ਨਿਬੜਿਆ ਇਸ ਕੇਸ ਦੇ ਵਿੱਚ ਪਹਿਲੀ ਤਰੀਕ ਆਉਣ ਵਾਲੀ ਹੈ ਤਿਆਰੀਆਂ ਮੁਕੰਮਲ ਹੋ ਜਾਣਗੀਆਂ ਕੀ ਕਹਿਣਾ ਚਾਹੋਗੇ ਕੁਝ ਉਤਰਾ ਚੜਾ ਵੇਖਣ ਨੂੰ ਮਿਲਣਗੇ ਰਾਜਨੀਤੀ ਦੇ ਵਿੱਚ ਹੁਣ ਨਹੀਂ ਚਵਲਤ ਸਾਹਿਬ ਅਸਲ ਵਿੱਚ ਦਾ ਨਵਜੋਤ ਸਿੱਧੂ ਦਾ ਜੇਲ੍ਹ ਤੋਂ ਬਾਹਰ ਆਉਣਾ ਤਾਂ ਕਾਂਗਰਸ ਦੇ ਵਿੱਚ ਹਲਚਲ ਬੜੀ ਵੱਡੀ ਬਦਰ ਤੇ ਹੋਣੀ ਆ ਅ ਜਿਹੜਾ ਕਿ ਸੁਖੀ ਰੰਦਾਵਾ ਹੈਗਾ ਉਸਨੇ ਕਾਫੀ ਕਿਹਾ ਸੀਗਾ ਕਿ ਨਵਜੋਤ ਸਿੱਧੂ ਆ ਗਿਆ ਜੀ ਬੜੇ ਖਤਰਨਾਕ ਬੰਦੇ ਨੇ ਜੀ ਉਹ ਉਹ ਬੰਦੇ ਕਾਂਗਰਸ ਦੇ ਵਿੱਚ ਡੈਂਟ ਪਾਉਣ ਵਾਲੇ ਬੰਦੇ ਆ ਜੀ ਤੇ ਜਦੋਂ ਉਹਦੀ ਗੱਲ ਰਿਹਾਈ ਦੀ ਹੋਈ ਸੀਗੀ ਤਾਂ ਰਾਜਾ ਬੜਿੰਗ ਨੇ ਵੀ ਕਾਈ ਵਿਰੋਧਤਾ ਪਰਟਾਈ ਸੀਗੀ ਵਿਰੋਧ ਤਾਂ ਨਹੀਂ ਕਹਿ ਸਕਦੇ ਪਾਉ ਨੂੰ ਪਰ ਉਹਨੇ ਇੱਕ ਤਰ੍ਹਾਂ ਦਾ ਨਾ ਮਨ ਬਟਾ ਪਰਟਾਇਆ ਸੀਗਾ ਨਵਜੋਤ ਸਿੱਧੂ ਨਾਲ ਕਿ ਵੈਸੇ ਬਦਲੇ ਹੀ ਹੀਰੋ ਬਣਾਉਣ ਲੱਗੇ ਹੋਏ ਆ ਪਰ ਹੁਣ 1 ਅਪ੍ਰੈਲ ਨੂੰ ਰਿਹਾਈ ਹੋਣ ਦੀ ਸੰਭਾਵਨਾ ਬਣ ਗਈ ਹੈ ਵੈਸੇ 20 ਮਈ ਨੂੰ ਜੇਲ੍ਹ ਚ ਗਏ ਸੀਗੇ ਜਨਾਬ ਤੇ 20 ਮਈ ਨੂੰ 20 ਮਈ ਨੂੰ ਕੀ 19 ਮਈ ਨੂੰ ਫਿਰ ਬਾਹਰ ਹੋਣਾ ਬਣਦਾ 1 ਸਾਲ ਬਾਅਦ ਇਕ 19 ਮਈ ਨੂੰ ਪਰ 19 ਮਈ ਨੂੰ ਇਸ ਕਰਕੇ ਦੀ ਵਾਰ ਆਉਣਗੇ ਕਿਉਂਕਿ ਹਰ ਮਹੀਨੇ ਹਰ ਕੈਦੀ ਨੂੰ 4 ਦਿਨ ਦੀ ਛੁੱਟੀ ਮਿਲਦੀ ਆ ਹਰ ਕੈਦੀ ਨੂੰ 4 ਦਿਨ ਦੀ ਛੁੱਟੀ ਹਰ ਮਹੀਨੇ ਬੰਦਾ ਲੈਂਦਾ ਨਹੀਂਗਾ ਜਿਹੜੀ ਪਰੋਰ ਮਿਲਦੀ ਆ ਬੰਦੇ ਨੂੰ ਫਰਜ ਕਰ ਉਹ 4 ਦਿਨ ਦੀ ਨਹੀਂ ਲੰਦਾ ਉਹ ਤਾਂ ਉਹ ਫਿਰ ਨਾ ਆਖਿਰ ਵਿੱਚ ਸਜ਼ਾ ਜਦੋਂ ਉਹ ਪੂਰੀ ਹੁੰਦੀ ਆ ਉਹਦੇ ਵਿੱਚੋਂ ਕੱਟ ਲਈ ਜਾਂਦੀ ਆ ਤੇ ਇਸ ਤਰੀਕੇ ਨਾਲ 48 ਦਿਨ ਬਣਦੇ ਆ 12 4 8 48 ਦਿਨ ਬਣਦੇ ਆ ਨਵਜੋਤ ਸਿੱਧੂ ਦੇ ਛੁੱਟੀ ਦੇ ਤੇ ਉਹ 48 ਦਿਨ ਜੇਕਰ ਅ ਛੁੱਟੀ ਦੀ ਮੰਨ ਲੈਂਦੀ ਹੈ ਸਰਕਾਰ ਜੇਲ੍ਹ ਡਿਪਾਰਟਮੈਂਟ ਮੰਨ ਲੈਂਦਾ ਤਾਂ ਇਹਦੀ ਰਿਹਾਈ 1 April ਨੂੰ ਹੋਣੀ ਆ ਤੇ 1 April ਦੀਆਂ ਤਿਆਰੀਆਂ ਵੀ ਅਸਜੋਧ ਵਕੀਲ ਨੇ ਪੁਸ਼ਟੀ ਵੀ ਕੀਤੀ ਆ ਵੀ 1 April ਨੂੰ ਹੋ ਜਾਣੀ ਆ ਰਿਹਾਈ ਅ ਨਵਜੋਤ ਸਿੰਘ ਦੇ ਜੇਲ੍ਹ ਤੋਂ ਬਾਹਰ ਆਉਣ ਨਾਲ ਸਿਆਸੀ ਹਲਚਲਤਾ ਚਾवला ਸਾਹਿਬ ਹੋਣੀ ਆ ਤੇ ਹੋਣੀ ਵੀ ਚਾਹੀਦੀ ਆ ਲੀਡਰ ਵੱਡਾ ਹੈਗਾ ਤੇ ਉਸ ਲੀਡਰ ਦੇ ਕਾਫੀ ਚਲਵਾਸਾਂ ਵੀ ਨੇ ਮਾਮਲਾ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਐਡਾ ਵੱਡਾ ਨਹੀਂ ਸੀਗਾ ਰੋਡ ਰੇਸ ਦਾ ਮਾਮਲਾ ਸੀਗਾ ਰੋਡ ਰੇਸ ਦਾ ਮਾਮਲਾ ਅਚਾਨਕ ਐਕਸੀਡੈਂਟ ਦੇ ਵਿੱਚ ਲਿਆ ਜਾਂਦਾ ਤੇ ਇਹਨਾਂ ਲੰਮੇ ਸਮੇਂ ਬਾਅਦ ਜਿਹੜਾ ਕਿ ਸਜ਼ਾ ਹੋਈ ਹੈ ਨਵਜੋਤ ਸਿੱਧੂ ਨੂੰ ਉਹਦੇ ਵਿੱਚ ਸਿਆਸੀ ਮੇਰੇ ਖਿਆਲ ਚ ਦਖਲਅੰਦਾਜ਼ੀ ਦੀ ਵੀ ਸ਼ੱਕ ਲੋਕ ਜਿਤਾਉਂਦੇ ਹੈਗੇ ਐ ਚਾਵਲਾ ਸਾਹਿਬ ਭਗਵੰਤ ਮਾਨ ਜੀ ਦਾ ਬਿਆਨ ਹੈ ਪੰਜਾਬ ਦੇ ਸੀਐਮ ਮੈਂ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਦਾ ਇਸ ਨੇ ਪੰਜਾਬ ਦਾ ਪੈਸਾ ਖਾਇਆ ਉਹ ਜੀਰ ਜਾਣਗੇ ਬਿਲਕੁਲ ਚੌਲਾ ਸਾਹਿਬ ਅਸਲ ਵਿੱਚ ਨਾ ਟਿੱਪਣੀ ਕਰਨ ਵਾਲੇ ਟਿੱਪਣੀਆਂ ਕਰਨਗੇ ਅਸੀਂ ਟਿੱਪਣੀ ਕਿਉਂ ਕਰੀਏ ਸਾਡਾ ਤਾਂ ਕੋਸ਼ਨ ਕਰਨਾ ਫਰਜ਼ ਬੰਦਾ ਹੈ ਹਾਂ ਹਾਂ ਬਿਲਕੁਲ ਬਿਲਕੁਲ ਚੌਲਾ ਸਾਹਿਬ ਅਸਲ ਵਿੱਚ ਨਾਲ ਜਿਹੜਾ ਕਿ ਭਵੰਤਮਾਨ ਹੈਗਾ ਨਾ ਜੀ ਉਸ ਉੱਤੇ ਨਾ ਵਾਵਾ ਇਲਜ਼ਾਮ ਲੱਗੇ ਜਾਂਦੇ ਆ ਕਿ ਕਾਂਗਰਸੀਆਂ ਨੂੰ ਨਾ ਅੰਦਰ ਛੁੱਟੀ ਜਾਂਦਾ ਉਹ ਅ ਬਿਜినెస్ ਬਲਾਈ ਜਾਂਦੀ ਆ ਉਹ ਵਿਜੀਲੈਂਸ ਬਲਾ ਕੇ ਤੇ ਵਾਵਾ ਉਹਦੇ ਮਾਮਲੇ ਦਰਜ ਹੋਈ ਜਾਂਦੇ ਆ ਤੇ ਉਸ ਤਰੀਕੇ ਨਾਲ ਵੀ ਭਗਵੰਤ ਮਾਨ ਕੋਈ ਬਦਲਾ ਲੈ ਰਿਹਾ ਬਦਲਾ ਕਿਹਦਾ ਲੈ ਰਿਹਾ ਕਹਿੰਦੇ ਵੀ ਜਿਹੜਾ ਕਿ ਉਹ ਮਿਸਟਰ ਗੋਲਡੀ ਹੈਗੇ ਹਨ ਦਲਵੀਰ ਗੋਲਡੀ ਇਹਨਾਂ ਦੇ ਖਿਲਾਫ ਚੋਣ ਲੜੇ ਸੀਗੇ ਧੂਰੀ ਤੋਂ ਭਗਵੰਤ ਮਾਨ ਦੇ ਖਿਲਾਫ ਜੀ ਜੀ ਉਸ ਨੇ ਇਲਜ਼ਾਮ ਲਾਇਆ ਦਲਵੀਰ ਗੋਲਡੀ ਨੇ ਕਿ ਮੈਂ ਲੜਿਆ ਸੀਗਾ ਮੁੱਖ ਮੰਤਰੀ ਦੇ ਦਾਵੇਦਾਰ ਦੇ ਖਿਲਾਫ ਚੋਣ ਧੂਰੀ ਦੇ ਵਿੱਚ ਤੇ ਉਹ ਜਿਹੜਾ ਕਿ ਮੇਰੇ ਚੋਣ ਲੜਨ ਦਾ ਬਦਲਾ ਲੈ ਰਿਹਾ ਮੇਰੇ ਤੋਂ ਕਿ ਮੈਨੂੰ ਬਿਜ਼ਨਸ ਨੇ ਬੁਲਾਇਆ ਬਿਜੀਲੈਂਸ ਨੇ ਮੈਨੂੰ ਬੁਲਾਇਆ ਤੇ ਮੈਨੂੰ ਬਿਜੀਲੈਂਸ ਕਹਿੰਦੀ ਆ ਕਿ ਆਪਣੀ ਪ੍ਰਾਪਰਟੀ ਦੇ ਬਾਰੇ ਦੱਸੋ ਕਿ ਤੁਹਾਡੀ ਪ੍ਰਾਪਰਟੀ ਐਨੀ ਕਿੱਥੋਂ ਆਈ ਆ ਹੂੰ ਹੂੰ ਤੇ ਕਿੱਥੋਂ ਲੈ ਕੇ ਤੁਸੀਂ ਇਹਨੇ ਪੈਸਾ ਆਇਆ ਤੇ ਉਹ ਪ੍ਰਾਪਰਟੀ ਦਾ ਹਸਾਬਤਾ ਮੰਗ ਰਹੇ ਨੇ ਮੇਤੋਂ ਕਹਿੰਦਾ ਇਹ ਅਸਲ ਵਿੱਚ ਪ੍ਰਾਪਰਟੀ ਦੇ ਕੋਈ ਚੱਕਰ ਨਹੀਂ ਅਸੀਂ ਚਿੱਟੇ ਦਿਨ ਵਾਂਗੂ ਸਾਫ਼ ਹੈਗੇ ਆ ਕੋਈ ਦਿੱਕਤ ਦੀ ਗੱਲ ਨਹੀਂ ਪਰ ਭਵਾਂਤਮਾਨ ਮੈਨੂੰ ਬਿਜੀਲੈਂਸ ਕੋਲੇ ਇਸ ਕਾ ਕਿਉਂ ਉਲਝਾ ਰਿਹਾ ਕਿ ਉਹ ਬਦਲਾ ਖੋਹ ਦੀ ਰਾਜਨੀਤੀ ਕਰ ਰਿਹਾ ਇਹਦਾ ਜਵਾਬ ਦਿਆ ਭਵਾਂਤਮਾਨ ਨੇ ਕਹਿੰਦੇ ਵੀ ਬਜਰਾ ਬਦਲਾ ਖੋਹ ਦੀ ਰਾਜਨੀਤੀ ਮੈਂ ਕੋਈ ਨਹੀਂ ਕਰਦਾ ਤੇ ਪੰਜਾਬ ਦਾ ਪੈਸਾ ਜਿਸਨੇ ਵੀ ਖਾਇ ਕੋਈ ਵੀ ਆਈਬੀਸੀ ਭਾਵੇਂ ਆਮ ਆਦੀ ਪਾਰਟੀ ਦਾ ਬੰਦਾ ਵੀ ਹੈ ਕੋਈ ਜਿਹਨੇ ਵੀ ਖਾਇਆ ਉਹ ਬੰਦਾ ਜਿਹੜਾ ਜਾਏਗਾ ਡੈਫੀਨਿਟ ਜਾਏਗਾ ਤੇ ਉਹ ਬੰਦਾ ਬਚ ਵੀ ਨਹੀਂ ਸਕਦਾ ਕਹਿੰਦੇ ਸਾਡੀ ਸਰਕਾਰ ਦੇ ਵਿੱਚ ਅਸੀਂ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਭਾਵੇਂ ਆਮ ਆਦੀ ਪਾਰਟੀ ਦਾ ਬੰਦਾ ਹੋਵੇ ਹੂੰ ਹੂੰ ਭਾਵੇਂ ਉਹ ਵਿਰੋਧੀ ਨਾ ਪਰੋਧੀਆਂ ਦਾ ਬੰਦਾ ਹੋਵੇ ਚਾਵਲਾ ਸਾਹਿਬ 90581313209058131320 ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਕਾਕਾ ਜੀ ਕਹਿੰਦੇ ਨੇ ਕਿ ਸਾਨੂੰ ਸਤਾ ਰਹੀ ਹੈ ਸਰਕਾਰ ਬਰਚਿਆਂ ਨਾਲ ਰੌਣਾ ਚਾਹੁੰਦੀ ਹੈ ਖਰਚਿਆਂ ਦੇ ਨਾਲ ਰੌਣਾ ਚਾਹੁੰਦੀ ਹੈ ਕੀ ਕਹਿਣਾ ਚਾਹੋਗੇ ਹਾਂ ਚਵਲਾ ਸਾਹਿਬ ਸੁਖਵੀਰ ਬਾਦਲ ਨੇ ਅੱਜ ਬਾਬਾ ਬੋਲੇ ਨੇ ਸਰਕਾਰ ਦੇ ਖਿਲਾਫ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਬੁਰੀ ਤਰ੍ਹਾਂ ਚਮੜਾ ਚੁੱਕੀ ਆ ਪੰਜਾਬ ਦੇ ਵਿੱਚ ਗੈਂਗਸਟਰ ਗੈਂਗਸਟਰ ਬਾਦ ਬਹੁਤ ਬੁਰੀ ਤਰ੍ਹਾਂ ਪਰ ਚੁੱਕਿਆ ਪੰਜਾਬ ਦਾ ਕੋਈ ਵੀ ਵਿਅਕਤੀ ਜਿਹੜਾ ਹੈਗਾ ਉਹ ਸ਼ਾਂਤੀਪੂਰਵਕ ਨਹੀਂ ਜਿਉ ਰਿਹਾ ਸ਼੍ਰੋਮਣੀ ਅਕਾਲ ਦਲ ਦੇ ਜਿਹੜਾ ਸੁਖਵੀਰ ਬਾਦਲ ਦੇ ਕਹਿਣ ਤੋਂ ਸ਼੍ਰੋਮਣੀ ਅਕਾਲ ਦਲ ਨੇ ਜਿਹ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਧਰਨੇ ਮਜਾਰੇ ਕੀਤੇ ਆ ਹਾਂ ਪੰਜਾਬ ਸਰਕਾਰ ਦੇ ਪਰਦਾਫਾਸ਼ ਕਰਨ ਵਾਲੇ ਤਰ੍ਹਾਂ ਮੁਜਾਰੇ ਕੀਤੇ ਆ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਇੱਕ ਸਾਲ ਚੱਕ ਨਹੀਂ ਕੀਤਾ ਇਸ ਕਰਕੇ ਪੰਜਾਬ ਸਰਕਾਰ ਫੇਲ ਹੋਈ ਆ ਹੂੰ ਤੇ ਉਸ ਸੰਦਰਭ ਵਿੱਚ ਇਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਾ ਸਾਡੇ ਉੱਤੇ ਪਰਚੇ ਕਰਨ ਲੱਗੀ ਹੋਈ ਆ ਹੂੰ ਮੈਨੂੰ ਮੈਨੂੰ ਉਲਝਾ ਰਹੀ ਆ ਕੋਰਟ ਦੇ ਵਿੱਚ ਤੇ ਬਿਨਾਂ ਮਤਲਬ ਦੇ ਇਹ ਉਹ ਜਿਹੜੇ ਪਰਚੇ ਹੈਗੇ ਨੇ ਇਹਨਾਂ ਤੋਂ ਅਸੀਂ ਡਰਨ ਵਾਲੇ ਨਹੀਂ ਹੈਗੇ ਨਾ ਅਸੀਂ ਡਰਾਂਗੇ ਤੇ ਮਤਲਬ ਕਿ ਵੀ ਸੁਖੀਰ ਬਾਦਲ ਨਾ ਮੈਨੂੰ ਸਮਝ ਨਹੀਂ ਆਉਂਦੀ ਗੱਲ ਤੇ ਵੀ ਇਹ ਗੱਲ ਕਿਉਂ ਆਖ ਰਹੇ ਆ ਘਰੋਂ ਦੀ ਜੇਕਰ ਤੁਸੀਂ ਡਰਦੇ ਨਹੀਂ ਵੀ ਕਹਿਣ ਦੀ ਕੀ ਲੋੜ ਆ ਤੁਹਾਨੂੰ ਬਿਲਕੁਲ ਨਹੀਂ ਡਰਦੇ ਨਹੀਂ ਡਰਦੇ ਜਾਓ ਕੋ ਚੱਕਰ ਦੀ ਗੱਲ ਨਹੀਂ ਕੀ ਆ ਤੁਹਾਡੇ ਕੇਸ ਦਰਜ ਹੁੰਦੇ ਆ ਜਾਓ ਜਾ ਕੇ ਪੁੱਗ ਤੋਂ ਕੀ ਚੱਕਰਾਂ ਦੇ ਵਿੱਚ ਤੁਹਾਨੂੰ ਤੁਹਾਨੂੰ ਵੀ ਜਮਾਨਤ ਲੈਣ ਦੀ ਵੀ ਕੀ ਲੋੜ ਆ ਜੀ ਕਰਦੇ ਨੇ ਆ ਨਾਲੇ ਤੇ ਵੱਡੇ ਬਲ ਸਾਹਿਬ ਕਹਿੰਦੇ ਜੀ ਵੀ ਜਦੋਂ ਉਹ ਮੈਂ ਜੇਲ੍ਹ ਤੋਂ ਵਾਪਸ ਆਇਆ ਉਦੋਂ ਹੀ ਮੈਂ ਮੁੱਖ ਮੰਤਰੀ ਬਣਿਆ ਹਾਂ ਜੀ ਸੋ ਹਾਂ ਬਿਲਕੁਲ ਮੈਂ ਮੁੱਖ ਮੰਤਰੀ ਬਣਨ ਦੀ ਚਾਹਨਾ ਹੈਗੀ ਜਿਹੜੇ ਵੀ ਜਾ ਕੇ ਸੁਗਰਬਾਦਲ ਦੀ ਮੇਰੇ ਕਹਿ। ਉੱਪਰ ਪੂਤ ਪਿਤਾ ਪਰ ਘੋੜਾ ਬਹੁਤ ਆਣੀ ਤੇ ਥੋੜਾ ਥੋੜਾ ਹੁਣ ਬਾਪੂ ਦੇ ਨਕਸ਼ੇ ਕਦਮ ਤੇ ਚੱਲੋ ਜੇਕਰ ਮੁੱਖ ਮੰਤਰੀ ਬੰਨਾ ਹੈ ਤੇ ਫਿਰ ਬਾਪੂ ਜੋ ਕਹਿੰਦਾ ਉਹਦਾ ਮੰਨਣਾ ਵੀ ਪੈਣਾ ਹੈ ਕਿ ਕੋਈ ਗੱਲ ਨਹੀਂ ਕਾਕਾ ਜੀ ਹਾਂਜੀ ਕਹਿੰਦੇ ਕਿ ਕੁਰਬਾਨੀਆਂ ਦੇਣ ਵਾਲੇ ਹੁਣ ਜ਼ਿਲ੍ਹਾ ਤੇ ਨਾਂ ਤੋਂ ਦਰਦੇ ਨੇ ਨਾ ਨਹੀਂ ਲਿਆ ਪਰੰਤੂ ਵਿਅੰਗ ਮਾਰ ਗਏ ਕਮੇਡੀਅਨ ਤੋਂ ਮੁੱਖ ਮੰਤਰੀ ਬਣੇ ਭਗਵੰਤ ਮਾਨ ਹੁਣੀ ਨਾਮ ਨਹੀਂ ਲਿਆ ਕੁਰਬਾਨੀਆਂ ਦੀ ਗੱਲ ਕਰਨ ਵਾਲੇ ਕਚਹਿਰੀਆਂ 'ਚ ਜਾਣ ਤੋਂ ਕਿਉਂ ਡਰ ਲੱਗ ਪਏ ਹਾਂ ਕੀ ਆ ਬਾਤ ਆ ਚਵਲਾ ਸਾਹਿਬ ਇਹ ਵੱਡੀ ਵੱਡੀ ਗੱਲ ਕਹਿਤੀ ਹੈ ਭਗਵੰਤ ਮਾਨ ਨੇ ਅੱਜ ਵੱਡੀ ਕੇ ਛੋਟੀ ਕੇ ਚਲੋ ਸਿਆਸੀ ਭਗਵੰਤ ਮਾਨ ਵੀ ਹੁਣ ਸਿਆਸੀ ਆ ਚਵਲਾ ਸਾਹਿਬ ਕਮੇਡੀਅਨ ਤੋਂ ਸਿਆਸੀ ਬਣ ਚੁੱਕਿਆ ਤੇ ਗੂੜ ਸਿਆਸੀ ਬਣ ਚੁੱਕਿਆ ਉਹ ਕਹਿੰਦਾ ਕਹਿੰਦਾ ਵੀ ਇਹ ਜਿਹੜੇ ਬੰਦੇ ਕਹਿੰਦੇ ਨੇ ਬਈ ਅਸੀਂ ਤਾਂ ਕੁਰਬਾਨੀਆਂ ਕਰਨ ਵਾਲੇ ਬੰਦੇ ਆ ਸਾਡੇ ਤਾਂ ਪਾਰਟੀ ਨਿਕਲੀ ਕੁਰਬਾਨੀਆਂ ਵਿੱਚੋਂ ਆ ਤੇ ਫਿਰ ਉਹਨਾਂ ਨੂੰ ਹੁਣ ਜੇਲ੍ਹ ਨੇ ਕੀਤੇ ਆ ਉਹਨਾਂ ਦੇ ਜਾਰੀ ਇਸ਼ੂ ਬਰੰਟ ਜਾਰੀ ਕੀਤੇ ਆ ਸਮਨ ਜਾਰੀ ਕੀਤੇ ਆ ਉਹਨਾਂ ਨੂੰ ਪੇਸ਼ ਹੋਣ ਵਾਸਤੇ ਉਹ ਕਚਹਿਰੀਆਂ ਵਿੱਚ ਫਿਰ ਕਿਉਂ ਜਾਣ ਤੋਂ ਡਰਦੇ ਆ ਤੇ ਪਹਿਲੇ ਜ਼ਮਾਨਤ ਤਾਂ ਲਾਈ ਫਿਰਦੇ ਆ ਜ਼ਮਾਨਤ ਤਾਂ ਲੈਣ ਨੂੰ ਫਿਰਦੇ ਆ ਪਹਿਲੇ ਦੱਸ ਦਈਏ ਚਾਵਲਾ ਸਾਹਿਬ ਕਿ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੇ ਜ਼ਮਾਨਤ ਲਾਈ ਸੀ ਅਗਾਊ ਆਪਾਂ ਇੱਥੇ ਗੱਲ ਵੀ ਕੀਤੀ ਸੀ ਉਹ ਜ਼ਮਾਨਤ ਜਿਹੜੀ ਹੈਗੀ ਆ ਸੁਖਬੀਰ ਬਾਦਲ ਦੀ ਰੱਦ ਹੋ ਗਈ ਆ ਤੇ ਰੱਦ ਹੋਣ ਤੋਂ ਬਾਅਦ ਸੁਖਬੀਰ ਬਾਦਲ ਹੁਣ ਹਾਈ ਕੋਰਟ ਵਿੱਚ ਜਾਣਾ ਜਾਏਗਾ ਤੇ ਪਰਮਾਨਸਾ ਵਾਸਤੇ ਇੱਕ ਪੈਂਟ ਮਿਲ ਗਿਆ ਕਿ ਉਹ ਕਚੈਰੀਆਂ ਚੋਂ ਡਰਦੇ ਨੇ ਤੇ ਜਮਾਨਤਾਂ ਲਵਾਉਂਦੇ ਫਿਰਦੇ ਆ ਜੇ ਕੁਰਬਾਨੀਆਂ ਕਰਨ ਵਾਲੇ ਫਿਰ ਕਰੋ ਕੁਰਬਾਨੀਆਂ ਕੀ ਦਿੱਕਤਾਂ ਦੇ ਵਿੱਚ ਬਿਲਕੁਲ 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 ਕੁਰਬਾਨੀਆਂ ਤਾਂ ਵੀ ਵੱਡੀਆਂ ਵੱਡੀਆਂ ਬਿਆਨ ਬਾਜ਼ ਸਾਡੇ ਲਈ ਵਾਸਤੇ ਬੜੀ ਜ਼ਬਰਦਸਤ ਇੱਥੇ ਵੀ ਕੁਝ ਡੀਲਸ ਲੈ ਕੇ ਹਾਜ਼ਰ ਨੇ ਅਰਸ਼ ਤੁਸੀਂ ਕਾਲ ਕਰ ਸਕਦੇ ਹੋ 416 303 1515 ਕਿਦਰ ਸਾਹਿਬ ਬਹੁਤ ਬਹੁਤ ਧੰਨਵਾਦ ਇਹ ਸਾਡੀ ਬਹੁਤ ਜ਼ਰੂਰੀ ਇੱਕ ਜਿਹੜੀ ਕਹਿ ਲੋ ਕਿ ਜ਼ਿੰਮੇਵਾਰੀ ਹੁੰਦੀ ਹੈ ਜਿਹੜੇ ਵਪਾਰੀ ਸੱਜਣ ਸਾਨੂੰ ਐਡਵਰਟਾਈਜ਼ਮੈਂਟ ਕਰਦੇ ਨੇ ਪਿਛਲੇ 26 ਸਾਲ ਤੋਂ ਇਹੀ ਖਟਿਆ ਜੀ ਜੋ ਉਹਨਾਂ ਦੇ ਨਾਲ ਵਾਦਾ ਕੀਤਾ ਉਹ ਡਿਲੀਵਰ ਕਰਨਾ ਸਾਡਾ اخਲਾਕੀ ਫਰਜ਼ ਹੈ ਸੋ ਰੰਗਲਾ ਪੰਜਾਬ ਦੇ ਵਿੱਚ ਅਗਲਾ ਕੁਐਸਚਨ ਜਿਹੜਾ ਹੈ ਕਿ ਜਿਹੜਾ ਕੇਂਦਰ ਸਰਕਾਰ ਨੇ ਪ੍ਰਨੀਤ ਕੌਰ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸਿੱਖ ਫੌਜੀਆਂ ਨੂੰ ਪਹਿਨਣਾ ਪਵੇਗਾ ਬੁਲਟ ਪ੍ਰੂਫ ਹੈਲਮਟ ਇਹਦੇ ਉੱਤੇ ਹੁਣ ਲੱਗਦਾ ਕਿ ਦਖਲ ਅੰਦਾਜੀ ਧਾਰਮਿਕ ਜਥੇਬੰਦੀਆਂ ਦੀ ਵੀ ਜ਼ਰੂਰ ਹੋਵੇਗੀ ਪੰਥਕ ਜਥੇਬੰਦੀਆਂ ਦੀ ਵੀ ਹੋਏਗੀ ਹੋ ਸਕਦਾ ਕਿ ਫਿਰ ਮੋਰਚਾ ਵੀ ਲੱਗ ਜਾਵੇ ਹਾਂ ਚਲੋ ਸਰਸ ਬਚਣਾ ਜਿਹੜਾ ਕਿ ਆਪਾਂ ਹੁਣ ਤੱਕ ਇਹ ਗੱਲ ਕਰਦੇ ਰਹੇ ਹਾਂ ਨਾ ਜੀ ਬਈ ਰੌਲਾ ਪਾਉਂਦੇ ਰਹੇ ਨੇ ਸਾਰੇ ਸਾਡੇ ਲੀਡਰ ਵੀ ਅਸੀਂ ਵੀ ਇੱਥੇ মিডিਆ ਵਿੱਚ ਗੱਲ ਕਰਦੇ ਜਾ ਰਹੇ ਕਿ ਫੌਜੀਆਂ ਵਾਸਤੇ ਹੈਲਮਟ ਦੀ ਲੋੜ ਨਹੀਂ ਹੈਗੀ ਸਿੱਖ ਫੌਜੀਆਂ ਵਾਸਤੇ ਇਹਦਾ ਜਦੋਂ ਵਰਲਡ ਵਾਰ ਲੱਗੀ ਸੀ ਉਸ ਉਸ ਵੇਲੇ ਵੀ ਨਹੀਂ ਹੈਲਮਟ ਪਾਉਣ ਦੇ ਪਾਸੇ ਤਿਆਰ ਹੋਏ ਸੀਗੀ ਇਹ ਤਾਂ ਆਪਣੇ ਗੁਰੂ ਮਹਾਰਾਜ ਗੁਰੂਆਂ ਸਾਹਿਬ ਨੂੰ ਵੀ ਪੱਗਾਂ ਵਿੱਚ ਲੈ ਕੇ ਤੁਰਦੇ ਫਿਰਦੇ ਸੀਗੇ 2.5 ਇੰਚ ਤੇ 1.5 ਇੰਚ ਦਾ ਗੁਰੂ ਅਸਾ ਬਣਾਇਆ ਸੀ ਅੰਗਰੇਜ਼ਾਂ ਕੋ ਵੀ ਆਪਣੇ ਪੱਗਾਂ ਵਿੱਚ ਲੈ ਫੜੇ ਬੱਗੇ ਵੱਡੇ ਵੱਡੇ ਪਕੜ ਸਜਾਲੇ ਸੀ ਨਾ ਉਸ ਵੇਲੇ ਵੀ ਤੇ ਹੁਣ ਭਾਜਪਾ ਸਰਕਾਰ ਨੇ ਫੈਸਲਾ ਕੀਤਾ ਏ ਜਿਹਦਾ ਕਿ ਰੱਖਿਆ ਮੰਤਰੀ ਹੇਗਾ ਉਸਨੇ ਫੈਸਲਾ ਕੀਤਾ ਕਿ ਹੈਲਮਟ ਭਾਈ ਤਾਂ ਪਹਿਨਣਾ ਪੈਣਾ ਪ੍ਰੀਤਕੌਰ ਨੇ ਪੁੱਛਿਆ ਜੀ ਸਵਾਲ ਅੱਜ ਵੀ ਇਹ ਰੌਲਾ ਪਿਆ ਹੋਇਆ ਕਿ ਸੱਚੀ ਮੁੱਚੀ ਐਦਾਂ ਹੈਲਮਟ ਦੀ ਗੱਲ ਹੈਗੀ ਤਾਂ ਉੱਥੇ ਮੰਤਰੀ ਨੇ ਕਿਹਾ ਜਿਹੜਾ ਕਿ ਰੱਖਿਆ ਮੰਤਰੀਾ ਉਹਨੇ ਕਿਹਾ ਕਿ ਹੈਲਮਟਤਾ ਜੀ ਪਹਿਨਣਾ ਪਵੇਗਾ ਹੈਲਮਟ ਅਸੀਂ ਮਂਗਾਏ ਨੇ ਤੇ ਫੌਜੀਆ ਨੂੰ ਫਿਰ ਉਹ ਲੋ ਟੋਪ ਜਿਹੜਾ ਹੈਗਾ ਉਹ ਪਹਿਨਣਾ ਪੈਣਾ ਹੈਗਾ ਤੇ ਉਹ ਲੋ ਟੋਪ ਜ਼ਰੂਰੀ ਹੈਗਾ ਕਿਉਂਕਿ ਫੌਜੀਆ ਦੀ ਸਿੱਖ ਫੌਜੀਆ ਦੇ ਸਿਰ ਨੂੰ ਬਚਾਉਣਾ ਵੀ ਭਾਰਤ ਸਰਕਾਰ ਦਾ ਫਰਜ ਹੈਗਾ ਵੈਸੇ ਭਾਰਤ ਸਰਕਾਰ ਦਾ ਫਰਜ ਹੈ ਭਾਜਪਾ ਸਰਕਾਰ ਦਾ ਫਰਜ ਹੈ ਚਾਵਲਾ ਸਾਹਿਬ ਜੀ ਤੁਸੀਂ ਇੱਕ ਲਫਜ਼ ਵਰਤਿਆ ਇਸ ਤੋਂ ਪਹਿਲਾਂ ਕਿ ਰਾਤ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਸਾਡੇ ਬਹੁਤ ਬੁੱਧੀਜੀਵੀ ਸੱਜਣ ਕਿਸੇ ਵਲੇ ਉਹਨਾਂ ਦੀਆਂ ਭਾਵਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਠੇਸ ਨਾ ਪਹੁੰਚੇ ਪਗੜ ਲਫ਼ਜ਼ ਮੇਰੇ ਖਿਆਲ ਦੇ ਵਿੱਚ ਸਹੀ ਲਫ਼ਜ਼ ਨਹੀਂ ਹੋ ਸਕਦਾ ਤੁਹਾਡੇ ਇਲਾਕੇ ਦੇ ਵਿੱਚ ਹੋਵੇ ਅਸੀਂ ਵੱਡੀਆਂ ਦਸਤਾਰਾਂ ਕਹਿ ਸਕਦੇ ਹਾਂ ਸੇਫਟੀ ਵਜੋਂ ਉਹਨਾਂ ਨੇ ਸਜਾਈਆਂ ਸੀਗਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ ਰੰਗਲਾ ਪੰਜਾਬ ਰਾਈਟ ਵੇ ਖੇਮਤ ਦਾ ਜਾਚਕ ਐ ਸੋ ਇਹ ਲਫ਼ਜ਼ ਵਾਪਸ ਲਿਆ ਜਾਂਦਾ ਹੈ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਸੁਨਾਮ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਖਬਰ ਆਈ ਹੈ ਐਚ ਐਨ ਐਚ 3 ਐਨ 2 ਵਾਇਰਸ ਨਾਲ ਹਿਸਾਰ ਦੇ ਵਿੱਚ ਮਾਰੇ ਜਾਣ ਦੀ ਖਬਰ ਹੈ ਕੀ ਇਹ ਵਾਇਰਸ ਫੈਲ ਸਕਦਾ ਸੁਨਾਮ ਦੇ ਵਿੱਚ ਸੁਨਾਮ ਦਾ ਇਹ ਨਾਲ ਬੰਦਾ ਚੌਲ ਸਾਬੇ ਸੁਨਾਮ ਦਾ ਬੰਦਾ ਜੀ ਇਹ ਉੱਥੇ ਕਿਤੇ ਗਿਆ ਹੋਊਗਾ ਉੱਥੇ ਹਸਪਤਾਲ ਵਿੱਚ ਇਹਦੀ ਚਲ ਰਹੀ ਸੀਗੀ ਹਸਾਰ ਦੇ ਵਿੱਚ ਇਹਦੀ ਇਲਾਜ ਚੱਲ ਰਿਆ ਸੀਗਾ ਇਲਾਜ ਇਹਦਾ ਕਾਫੀ ਲੰਗਸ ਵਿੱਚ ਪ੍ਰੋਬਲਮ ਸੀਗੀ ਤੇ ਜਦੋਂ ਇਹਦਾ ਪਰਤਾੜ ਕੀਤੀ ਗਈ ਤੇ ਵੀ ਕੀ ਲੰਗਸ ਦੀ ਦਿੱਕਤ ਕੀ ਆਈ ਹੈ ਉਹਦੇ ਵਿੱਚ ਵਾਇਰਸ ਇਹ ਆ ਗਿਆ H3N2 NHU ਇਹ ਇਹ N2 ਆ ਰਿਹਾ ਇਹਦੇ ਵਿੱਚ ਉਹ ਆ ਚੁੱਕੀ ਆ ਤੇ ਇਹਦਾ ਮਤਲਬ ਹੈਗਾ ਕਿ ਪੰਜਾਬ ਦੇ ਨੇੜੇ ਤੇੜੇ ਵਿੱਚ ਲੱਗ ਚੁੱਕਿਆ ਇਹ ਵਾਇਰਸ ਪੰਜਾਬੀਆਂ ਨੂੰ ਬਚਾਉਣ ਦੀ ਲੋੜ ਹੈਗੀ ਪੰਜਾਬੀ ਦੇ ਵੈਸੇ ਖੁੱਲ੍ਹਦੇ ਰਹਿ ਗਿਆ ਉਹੀ ਭੱਜੇ ਫਿਰਦੇ ਹੁੰਦੇ ਆ ਇੱਕ ਦੂਜੇ ਦੇ ਹੱਥ ਮਿਲਾਉਂਦੇ ਜੱਫੀਆਂ ਪਾਉਂਦੇ ਫਿਰਦੇ ਹੁੰਦੇ ਆ ਇਹਦਾ ਪ੍ਰਵਾਹ ਨਹੀਂ ਕਰਦੇ ਕਿਸੇ ਵਾਇਰਸ ਬੂਰਸ ਦੀ ਤੇ ਜਿਹੜੇ ਪੰਜਾਬ ਵਿੱਚ ਆ ਗਿਆ ਵਾਇਰਸ ਇਹਦਾ ਮਤਲਬ ਇਹ ਹੈਗਾ ਕਿ ਪ੍ਰੋਬਲਮ ਆਉਣੀ ਹੈ ਚਾਵਲਾ ਸਾਹਿਬ ਤੇ ਵੱਡੀ ਪ੍ਰੋਬਲਮ ਆ ਜਾਣੀ ਹੈ ਦਿੱਕਤ ਆ ਜਾਣੀ ਹੈ ਤੇ ਪਾਣੀਪੱਤ ਵਿੱਚ ਇੱਕ ਵੀ ਇੱਕ ਮਰੀਜ਼ ਆ ਗਿਆ ਪਾਣੀਪੱਤ ਵਿੱਚ ਵੀ H3N2 ਦਾ ਇੱਕ ਮਰੀਜ਼ ਆ ਗਿਆ ਹਨਾਣੇ ਵਿੱਚ ਮਰ ਕੇ ਹਸਾਰ ਪਾਣੀਪੱਤ ਇਹ ਦੋ ਇਲਾਕਿਆਂ ਵਿੱਚ ਇਸ ਬੈਰਸ ਦੇ ਮਰੀਜ਼ ਆਏ ਨੇ ਤੇ ਇਹ ਬੈਰਸ ਕਹਿੰਦੇ ਨੇ ਕਿ ਕਰੋਨਾ ਤੋਂ ਵੀ ਖਤਰਨਾਕ ਹੈਗਾ ਤੇ ਬੰਦੇ ਦੀ ਨਾ ਜਿਹੜਾ ਕਿ ਲੰਗਸ ਵਗੈਰਾ ਤੋਂ ਜੇ ਬੰਦੇ ਨੂੰ ਖਾਂਸੀ ਵਗੈਰਾ ਤੇ ਬੁਖਾਰ ਸਿਰ ਉੱਤਰ ਸਰੀਰ ਦੇ ਵਿੱਚ ਨਾ ਉਹਦੇ ਜਗੜਨ ਪੈਦਾ ਕਰ ਦਿੰਦਾ ਜੀ ਜੀ 750 ਪੰਜਾਬੀਆਂ ਨੂੰ ਡਿਪੋਰਟ ਕਰਾਉਣ ਤੋਂ ਰੋਕ ਲਈ ਕਾਲੀਦਾਲ ਦਾ ਵਿਦੇਸ਼ ਮੰਤਰਾਲੇ ਨੂੰ ਪੱਤਰ ਕਾਲੀਦਾਲ ਤੇ ਏਜ ਲੈਟਰ ਲਿਖ ਦਿੱਤਾ ਜਿਵੇਂ ਸੱਤਾ ਦੇ ਵਿੱਚ ਹੁੰਦੇ ਨੇ ਤੇ 750 ਪੰਜਾਬੀਆਂ ਦੀ ਹੀਰਾ ਫੇਰੀ ਨੂੰ ਜਾਇਜ ਠਾਉਣ ਬਾਰੇ ਸੋਚ ਰਹੇ ਨੇ ਠੀਕ ਆ ਉਹਨਾਂ ਦਾ ਤੱਕਾ ਹੋਇਆ ਉਨ੍ਹਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਇਹਨਾਂ ਨੂੰ ਗਲਤ ਰਾਹ ਤੇ ਤੋਰ ਕੇ ਇੱਥੇ 700 ਨੌਜਵਾਨਾਂ ਦੇ ਪਰਿਵਾਰਾਂ ਨੂੰ ਮਤਲਬ ਇਸ ਮਾਹੌਲ ਦੇ ਵਿੱਚ ਪਾਇਆ ਹੋਇਆ ਹਾਂਜੀ ਮੰਗ ਤੁਹਾਨੂੰ ਦੀ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ 16 ਲੱਖ ਕੋਈ 16,60,000 ਰੁਪਿਆ ਉਹਨਾਂ ਏਜੰਟਾਂ ਦੀ ਮੰਗ ਕਰਨ ਕਿ ਇਹਨਾਂ ਨੂੰ ਕਾਲ ਕੋਠੜੀਆਂ ਸੁਟੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਕੀਆਂ ਦਾ ਨੁਕਸਾਨ ਨਾ ਹੋਵੇ ਬਜਾਏ ਇਸ ਦੇ ਕਿ ਇਹਨਾਂ 700 ਨੂੰ ਇਹ ਤਾਂ ਸਰਕਾਰ ਨਹੀਂ ਮੰਨਣ ਵਾਲੀ ਹੂੰ ਪਰ ਇਹ ਸਿਰਫ ਰਾਜ ਜੀ ਸਾਡੇ ਪੰਜਾਬੀ ਨੇ ਸਾਡੇ ਪੰਜਾਬੀ ਦੇ ਕਹਾਵਤ ਆ ਕਿ ਚੋਰ ਨਾ ਮਾਰੋ ਚੋਰ ਦੀ ਮਾਂ ਮਾਰੋ ਜੀ ਤੇ ਉਹ ਚੋਰ ਦੀ ਮਾਂ ਤਾਂ ਬੈਠੀ ਹੈ ਜਲੰਧਰ ਦੇ ਵਿੱਚ ਹਾਂ ਹਾਂ ਤੇ ਉਹਨੂੰ ਮਾਰਨਾ ਉਹਨੂੰ ਫੜਨਾ ਪੜਦਾ ਨਾ ਜੀ ਗੱਲ ਤਾਂ ਉੱਥੇ ਹੈ ਨਾ ਜੀ ਅਕਾਲ ਦਾ ਉਹ ਦੀ ਡਿਮਾਂਡ ਕਰੇ ਨਾ ਪੰਜਾਬ ਸਰਕਾਰ ਤੋਂ ਵੀ ਕਿ ਉਹਨਾਂ ਨੂੰ ਭਈ ਤੁਸੀਂ ਫੜੋ ਪਰ ਪੰਜਾਬ ਸਰਕਾਰ ਨੂੰ ਮੰਗ ਕਰਨ ਨੂੰ ਉਹ ਚੰਗਾ ਨਹੀਂ ਸਮਝਦੇ ਗੱਲਦਾਰਾਂ ਨੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਨੀ ਹੈ ਕੇਂਦਰ ਸਰਕਾਰ ਤੋਂ ਮੰਗ ਕਰ ਲਓ ਆਪਾਂ ਬਚਾਰਾ ਸਾਹਿਬ ਬਹੁਤ ਬਹੁਤ ਧੰਨਵਾਦ ਸ਼ਾਮ ਨੂੰ ਮਿਲਦੇ ਆ ਜੀ ਉਸੀ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਸੀਐਨਐਨ ਟੋਰਾਂਟੋ